ਆ ਉਹ ਮਨਜ਼ੂਰ ਵਸਾਵੇ ਵਾਲੇ ਨੂੰ ਉਹਨੂੰ ਵੇਖ ਵੇਰੀ ਹੁੰਦੀ ਅਮਜਾਇਸ਼ ਕਰਨ ਲੱਗਾ ਦੇਖੂ ਕਿ ਵਟਲੋਂ ਕੋ ਜ਼ਮੀਨ ਦਾ ਕਬਜ਼ਾ ਲੈਣਾ ਤੇ ਮੈਨੂੰ ਇਮਦਾਦ ਦੇ ਉਹ ਸ਼ਕਲ ਮੇਰਾ ਯਾਰਾ ਉਹ ਤੇ 20 15 30 ਉਸ ਗੱਡੀਆਂ ਲੈ ਲੀਆਂ ਦੋ ਗੱਡੀਆਂ ਤੇ ਅਸਲੇ ਦੇ ਭਰ ਲੀਆਂ ਤੇ ਆ ਜਿਹੜਾ ਮਨਜ਼ੂਰ ਦੇ ਡੇਰੇ ਚ ਆ ਗਿਆ ਗੱਡੀਆਂ ਵੀ ਤੇ ਅਸਲਾ ਵੀ ਸਲਾਮ ਪਾਕਿਸਤਾਨ ਜੀ ਮੈਂ ਹਾਂ ਉਕਾੜਾ ਪਿੰਡ ਸੇ ਅਬਦੁਲ ਜਬਾਰ ਤੇ ਅਸੀਂ ਅੱਜ ਆਏ ਹਾਂ ਜੀ ਚੱਕ ਨੰਬਰ 34 ਟੋਲ ਆਬਾਦੀ ਜਲਾਲਾਬਾਦ ਤੇ ਇਹ ਸਾਡਾ ਇੱਕ ਬਜ਼ੁਰਗ ਆਦਮੀ ਹੈ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਤੁਹਾਡੇ ਸ਼ਹਿਰ ਵਿੱਚ ਹੋਰ ਵੀ MN ਹੈਗੇ ਆ ਇਹਦੇ ਮਕਸੂਦਾ ਹੈ ਮਕਸੂਦਾ ਬੰਦਾ ਕਹਿ ਜਿਆ ਮਕਸੂਦਾ ਬੰਦਾ ਬੰਦਾ ਅੱਛਾ ਹੈ ਮਾੜਾ ਨਹੀਂ ਹੈ ਉਹਦਾ ਬਾਪ ਵੀ ਮਰਦ ਵੀ ਆ ਤੇ ਚੰਗਾ ਵੀ ਆ ਉਹ ਗਰੀਬਾਂ ਦਾ ਬੜਾ ਕੰਮ ਕਰਦਾ ਹਾਂ ਦਿਲ ਲੱਗ ਕੇ ਆਪਣੀ ਮੌਤ ਡਰਦਾ ਉਹ ਐਸਾ ਬੰਦਾ ਦਲੇਰ ਬੰਦਾ ਜਿਹੜੇ ਦਲੇਰ ਬੰਦਾ ਇਸ ਤਰ੍ਹਾਂ ਆਪਣਾ ਉਹ ਮਨਜ਼ੂਰ ਵਸਾਵੇ ਵਾਲੇ ਨੂੰ ਉਹਨੂੰ ਵੇਖ ਵੇਰੀ ਹੁੰਦੀ ਅਮਜਾਇਸ਼ ਕਰਨ ਲੱਗਾ ਸ਼ਕਫਤ ਆਖਣ ਲੱਗਾ ਸ਼ਕਫਤ ਹੋ ਮੈਂ ਇੱਥੇ ਜਿਹੜਾ ਨਾ ਦੇਖੂ ਕਿ ਵਟਲੋਂ ਕੋ ਜ਼ਮੀਨ ਦਾ ਕਬਜ਼ਾ ਲੈਣਾ ਤਾਂ ਮੈਨੂੰ ਇਮਦਾਦ ਦੇ ਤੁਸੀਂ ਕਿਹਾ ਠੀਕ ਹੈ ਅੱਗੇ ਫਲਾਣੀ ਤਰੀਕ ਆਵੇਂ ਉਹ ਸ਼ਕਲ ਮੇਰਾ ਯਾਰਾ ਉਹ ਤੋਂ 20-15-30 ਉਸ ਗੱਡੀਆਂ ਲੈ ਲਈਆਂ ਮੇਰੀਆਂ ਸੱਜਣਾਂ ਨੂੰ ਖਾਸ ਕਰਕੇ ਪਠਾਣਾ ਨਾਲ ਦੋਸਤੀ ਆਪਣੇ ਸ਼ਕਫਤ ਦੀ ਬਹੁਤ ਆਈ ਉਹਦੇ ਕੀਤਾ ਤਾਂ 15-20 ਗੱਡੀਆਂ ਤੇ 2 ਗੱਡੀਆਂ 3 ਅਸਲੇ ਦੇ ਭਰ ਲਈਆਂ ਤੇ ਆ ਜਿਹੜਾ ਮਨਜ਼ੂਰ ਤੇ ਡੇਰੇ 'ਚ ਆ ਗਿਆ ਗੱਡੀਆਂ ਵੀ ਤੇ ਅਸਲਾ ਵੀ ਤੇ ਉਹ ਆਦਮ ਲੁਕਾ ਨਿਕਲਿਆ ਉਹਦੇ ਮਨਜ਼ੂਰ ਆਖਣ ਲੱਗਾ ਕਿ ਸ਼ਕਫਤ ਹੋ ਮੈਂ ਉਹ ਕੁਝ ਵੇਖਣਾ ਤੇਰਾ ਵੇਖ ਲਿਆ ਤੂੰ ਵਾਕਿਆ ਬੇਲੀਆਂ ਦਾ ਬੇਲੀ ਹੈ ਉਹ ਮਰਦ ਬੰਦਾ ਹਾਂ ਉਹ ਦਲੇਰ ਬੰਦਾ ਹਾਂ ਚੱਟੀ ਨਹੀਂ ਲੈਂਦਾ ਬਿਲਕੁਲ ਜਿਹੜਾ ਇਹ ਗਰੀਬ ਕੋਲ ਲੈਣਾ ਜਾਂ ਕੰਮ ਕਰਨਾ ਨਾ ਇਹ ਤਾਂ ਉਹਦੇ ਵਾਸਤੇ ਐਸਾ ਹੈ ਜਿਵੇਂ ਮਾਂ ਭੈਣ ਨਾਲ ਕੋਈ ਬੁਰਾ ਕਰ ਰਿਹਾ ਚੱਟੀ ਨਹੀਂ ਅੱਛਾ ਬੰਦਾ ਇਸਲਾ ਬੰਦਾ ਇਮਾਨ ਗਰੀਬ ਦੇ ਬਾਰੇ ਬਹੁਤ ਅੱਛਾ ਹਾਂ ਸ਼ਕਫਤ ਅਤੇ ਖਾਸ ਕਰਕੇ ਉਹਦਾ ਪੁੱਤਰ ਵੀ ਚੰਗਾ ਹੈ ਇਹਨੇ ਬੂਟੀ ਇੱਕ ਹੈ ਆਪਣਾ ਇੱਕ ਬੂਟੀ ਵੱਜਦਾ ਹੈ ਆਪਣਾ ਹੈ ਬੂਟੀ ਬੂਟੀ ਨੂੰ ਵੇਖਦਾ ਮੂੰਹ ਰਹਿਣਾ ਮਿਲ ਕੇ ਮੈਂ ਉਹਦੇ ਕੋਲ ਮੱਝੀ ਲੈਣੀਆਂ ਨੇ ਅੱਛਾ ਮਿਲ ਕੇ ਉਹਦੇ ਕੋਲ ਮੱਝੀ ਲੈਣੀਆਂ ਨੇ ਹੈ